ਅਮਰitsar ਤੋਂ ਕੈਨੇਡਾ ਦੇ ਟੋਰਾਂਟੋ ਤੱਕ ਨਵੀਂ ਸਿੱਧੀ ਉਡਾਣ ਸ਼ੁਰੂ ਹੋ ਰਹੀ ਹੈ ਫਲਾਈ ਅਮਰਸਰ ਇਨੀਸ਼ੀਏਟਿਵ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਤਰ 에ਅਰਵੇਜ਼ ਦੇ ਵੱਲੋਂ ਟੋਰਾਂਟੋ ਤੋਂ ਦੋਹਾ ਵਾਸਤੇ 11 ਦਸੰਬਰ 2024 ਤੋਂ ਸਿੱਧੀ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ ਫਲਾਈ ਅਮਰਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਵਿੱਚ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਤੇ ਗਲੋਬਲ ਕਨਵੀਨਰ ਸੁਮੇਪ ਸਿੰਘ ਗੁਮਟਾਲਾ ਨੇ ਕਤਰ 에ਅਰਵੇਜ਼ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਉਡਾਣ ਨਾਲ ਟੋਰਾਂਟੋ ਨੂੰ ਦੋਹਾ ਰਾਹੀਂ ਸਿੱਧਾ ਅਮਰitsar ਨਾਲ ਜੋੜਿਆ ਜਾਊਗਾ ਕਤਰ 에ਅਰਵੇਜ਼ ਦੇ ਡਾਂਸ ਸਵੇਰੇ 4:10 ਤੇ ਰਵਾਨਾ ਹੋਗੀ ਸਵੇਰੇ 6:05 ਤੇ ਦੋਹਾ ਪਹੁੰਚੂਗੀ ਤੇ ਦੋਹਾ ਤੋਂ ਬਾਅਦ ਇਹ ਟੋਰਾਂਟੋ ਪਹੁੰਚੂਗੀ ਤਿੰਨ ਦਿਨ ਬੁੱਧਵਾਰ ਸ਼ੁੱਕਰਵਾਰ ਤੇ ਐਤਵਾਰ ਸਵੇਰੇ 9:50 ਤੇ ਦੋਹਾ ਤੋਂ ਉਡਾਨ ਲੈ ਕੇ ਉਸੇ ਦਿਨ ਦੁਪਹਿਰੇ 3:55 ਤੇ ਟੋਰਾਂਟੋ ਪਹੁੰਚੇਗੀ ਟੋਰਾਂਟੋ ਦੀ ਉਡਾਨ ਉਸੇ ਦਿਨ ਸ਼ਾਮ ਨੂੰ 8:00 ਰਵਾਨਾ ਹੋ ਕੇ ਅਗਲੇ ਦਿਨ ਸ਼ਾਮ ਨੂੰ 4:30 ਦੋਹਾ ਪਹੁੰਚੂਗੀ ਤੇ ਫਿਰ 3-4 ਘੰਟਿਆਂ ਦੇ ਵਕਫੇ ਤੋਂ ਬਾਅਦ ਯਾਤਰੀ ਰਾਤ ਨੂੰ 8:40 ਤੇ ਉਡਾਨ ਲੈ ਕੇ ਅਗਲੇ ਦਿਨ ਦੀ ਸਵੇਰ 2:40 ਤੇ ਅੰਮ੍ਰਿਤਸਰ ਪਹੁੰਚ ਜਾਣਗੇ ਯਾਨੀ ਕਿ ਅੰਮ੍ਰਿਤਸਰ ਤੇ ਟ੍ਰਾਂਟੋ ਵਿਚਾਲੀ ਵਿਚਾਲੇ ਜਿਹੜਾ ਸਫਰ ਹੈ ਉਹ 20 ਘੰਟਿਆਂ ਦੇ ਵਿੱਚ ਪੂਰਾ ਹੋ ਜਾਊਗਾ ਇਸ ਦੇ ਨਾਲ ਹੀ ਸਮਾਨ ਜਮ੍ਹਾਂ ਕਰਾਉਣਾ ਤੇ ਲੈਣਾ ਤੇ ਇਮੀਗ੍ਰੇਸ਼ਨ ਸਿਰਫ ਅੰਮ੍ਰਿਤਸਰ ਅਤੇ ਟ੍ਰਾਂਟੋ ਦੇ ਵਿੱਚ ਹੀ ਹੋਵੇਗੀ ਦੋਹਾ ਦੇ ਵਿੱਚ ਜਿਹੜੀ ਫਲਾਈਟ ਹੈ ਉਹ ਚੇਂਜ ਨਹੀਂ ਹੋਵੇਗੀ ਇਹ ਯਾਤਰੀਆਂ ਦੇ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੈ ਕੈਨੇਡਾ ਅਤੇ ਭਾਰਤ ਸਰਕਾਰ ਵਿਚਾਲੇ ਤਣਾਅ ਦੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੀ ਸਰਕਾਰ ਨੇ ਐਤਵਾਰ ਨੂੰ ਭਾਰਤ ਨੂੰ ਇੱਕ ਸੁਨੇਹਾ ਭੇਜਿਆ ਕਿ ਇੰਡੀਅਨ ਐਮਬੈਸਡਰ ਸੰਜੀ ਕੁਮਾਰ ਵਰਮਾ ਤੇ ਕੁਝ ਹੋਰ ਸਫੀਰ ਇੱਕ ਮਾਮਲੇ ਵਿੱਚ ਸ਼ੱਕ ਦੇ ਦੇ ਵਿੱਚ ਨਹੀਂ ਹਾਲਾਂਕਿ ਇਹ ਹਜੇ ਤੱਕ ਸਾਫ਼ ਨਹੀਂ ਹੈ ਕਿ ਕਿਸ ਮਾਮਲੇ ਦੇ ਵਿੱਚ ਇਹਨਾਂ ਨੂੰ ਸ਼ੱਕੀ ਮੰਨਿਆ ਗਿਆ ਪਰ ਇਸ ਗੱਲ ਨੂੰ ਨਿੱਜਰ ਕਤਲकांड ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਇਹਨਾਂ ਇਲਜ਼ਾਮਾਂ ਨੂੰ ਫਿਰ ਸਿਆਸਤ ਉਪਰੇਰਿਤ ਦੱਸਿਆ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਇਹਨਾਂ ਬੇਤੁਕੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦੀ ਹੈ ਇਸ ਦੇ ਪਿੱਛੇ ਟਰੂਡੋ ਸਰਕਾਰ ਦਾ ਸਿਆਸੀ ਏਜੰਡਾ ਹੀ ਅਸੀਂ ਵਜਾ ਕਹਿੰਦੇ ਮੰਨ ਰਹੇ ਹਾਂ ਇਹ ਵੋਟ ਬੈਂਕ ਦੀ ਸਿਆਸਤ ਤੋਂ ਪ੍ਰੇਰਿਤ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਟਰੂਡੋ ਸਰਕਾਰ ਲੰਬੇ ਸਮੇਂ ਤੋਂ ਜਿਹਾ ਕਰਦੀ ਆਈ ਹੈ ਉਹਨਾਂ ਦੀ ਕੈਬਨਿਟ ਵਿੱਚ ਅਜਿਹੇ ਵਿਅਕਤੀ ਵੀ ਸ਼ਾਮਲ ਨੇ ਜੋ ਭਾਰਤ ਖਿਲਾਫ ਵੱਖਵਾਦ ਦਾ এজেন্ডਾ ਫਲਾਉਂਦੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਲਾਓਸ ਦੇ ਵਿੱਚ ਈਸਟੇਸ਼ੀਆ ਸਮਿਟ ਦੌਰਾਨ ਉਹਨਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਹੈ। ਕਈ ਜ਼ਰੂਰੀ ਮੁੱਦਿਆਂ ਤੇ ਗੱਲਬਾਤ ਹੋਈ। ਹਾਲਾਂਕਿ ਭਾਰਤ ਸਰਕਾਰ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਪੰਜਾਬ ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਰਿਹਾ ਹੈ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬਠਿੰਡਾ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦੁਸ਼ਹਿਰੇ ਵਾਲੇ ਦਿਨ 500 ਤੱਕ ਪਹੁੰਚ ਗਿਆ ਸੀ ਤੇ ਦੁਸ਼ਹਿਰੇ ਵਾਲੇ ਦਿਨ ਪਰਾਲੀ ਸਾੜਨ ਕਰਕੇ ਨਹੀਂ ਬਲਕਿ 라ਵਣ ਨੂੰ ਸਾੜਨ ਕਰਕੇ 500 ਤੱਕ ਪਹੁੰਚਿਆ ਸੀ ਹਾਲਾਂਕਿ ਸੂਬਾ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਲਗਾਤਾਰ ਜਾਗਰੂਕ ਵੀ ਕਰ ਰਹੀ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਜੋ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਹਾਲਤ ਪਰਾਲੀ ਸਾੜਨ ਤੇ ਤੁਰੰਤ ਕਾਰਵਾਈ ਕਰਦੀਆਂ ਹਨ ਕਾਰਵਾਈ ਦੇ ਵਿੱਚ ਕਿਸਾਨਾਂ ਨੂੰ ਜੁਰਮਾਨਾ ਲਾਉਣਾ ਤੇ ਕੇਸ ਦਰਜ ਕਰਨਾ ਹੈ